ਸਿਆਹੀ ਗੁਲਾਹੀ ਕਰ ਰਹੀ ਸਾਡੇ ਕੋਲ ਤਾਂ ਸਮਾਜ ਹੋਣ ਨਾ ਪਤਾ ਲੱਗ ਜਾਂਦਾ ਸਾਡੇ ਕੁੰਡਾ ਲਾ ਦਾ ਬਾਲ ਸਾਡਾ ਸਵਾਲ ਹਰ ਲੋਕਾਂ ਪਹਿਲੇ ਤਿੰਨ ਤਿੰਨਾਂ ਚਾਰ ਦੋ ਤਿੰਨਾਂ ਚਾਰ ਚਲੋ ਅੱਜ ਬੋਲਦਾ ਆਈ ਆ ਰਿਹਾ ਕੁੰਡਾ ਦਾ ਦੋ ਨਹੀਂ ਆਇਆ ਸਹੀ ਮਾਸ਼ਾਅੱਲਾ ਜੀ ਚੂਹਾ ਚੂਹਾ ਔਰ ਸਿਲਵਰ ਗੋਲਡ ਦਾ ਕਰਾਸ ਇਹਦਾ ਨਾਂ ਕੀ ਹੈ ਜੀ ਇਹਦਾ ਨਾਂ 335 ਹਾਕਸਰੀ ਹਾਕੀ ਚੂਹੇ ਇਹ ਕੱਲ੍ਹ ਕਿੰਨੇ ਵਜੇ ਬੈਠੀ ਸੀ ਕੱਲ੍ਹ ਜੀ ਸ਼ਾਮ ਨੂੰ ਬੈਠੀ ਸੀ ਮਾਸ਼ਾਅੱਲਾ ਜੀ ਇਹ ਦੋ ਭੈਣਾਂ ਨੇ ਜਾਨੀ ਹਾਂਜੀ ਦੋ ਭੈਣਾਂ ਦੋ ਭੈਣਾਂ ਦੋ ਭੈਣਾਂ ਨੇ ਮਾਸ਼ਾਅੱਲਾ ਅੱਛਾ ਉੜਦੀਆਂ ਨੇ ਲਓ ਜੀ ਸੜਿਆ ਕਮਰਾਈ ਵਾਲਾ ਸ਼ੇਰ ਬੋਲੋ ਸੜਿਆ ਜਾ ਸੀਰਤ ਨਾਲ ਸ਼ਾਇਰ ਸਾਕੀਆ ਤੇਰੀ ਸ਼ਰਾਬ ਨੂੰ ਅੱਗ ਲਾਵਾਂ ਜਿਵੇਂ ਪਿਆਸਾ ਹੀ ਰਹਿੰਦਾ ਤੇ ਚੰਗਾ ਰਹਿੰਦਾ ਦੂਰ ਰਹਿੰਦਾ ਤੇਰੀ ਸ਼ਰਾਬ ਕੋਲੋਂ ਦੋ ਘੁੱਟ ਜ਼ਹਿਰ ਦੇ ਪੀ ਲੈਂਦਾ ਤੇ ਚੰਗਾ ਰਹਿੰਦਾ ਦਿਲ ਦਾ ਮਹਿਰਮ ਤੈਨੂੰ ਬਣਾ ਕੇ ਤੇ ਚੁੱਪ ਚਾਪ ਦੁੱਖ ਸਹਿੰਦਾ ਤੇ ਚੰਗਾ ਰਹਿੰਦਾ ਸੀਰਤ ਇਸ਼ਕੇ ਦੇ ਸੌਦੇ ਵਿੱਚ ਪਿਆ ਕਰਦਾ ਨਾ ਦਿਲ ਦਿੰਦਾ ਨਾ ਲੈਂਦਾ ਚੰਗਾ ਵੀ ਲੈਂਦਾ ਇੱਕ ਹੋਰ ਸ਼ਾਇਰ ਮਤਲਬ ਕਿ ਸ਼ਰਾਬ ਦੇ ਬਾਰੇ ਲਿਖਦਾ ਕਿ ਐਸਾ ਮਸਤ ਕਰਦੇ ਨਜ਼ਾ ਵੇਲੇ ਯਾਰਾ ਤੇਰਾ ਹੀ ਲੱਭਾਂ ਤੇ ਨਾਮ ਹੋਵੇ ਤੂੰ ਪਿਲਾਉਂਦਾ ਰਹਵੇਂ ਮੈਂ ਪੀਂਦਾ ਰਹਾਂ ਪੀਂਦਿਆਂ ਪਿਲਾਉਂਦਿਆਂ ਕਿੱਸਾ ਤਮਾਮ ਹੋਵੇ ਮਨ ਰੱਬੂ ਕਾ ਮੁਨਕਰ ਨਕੀਰ ਪੁੱਛਣ ਜਾਮ ਤਲਬ ਦੀ ਸਾਡਾ ਕਲਾਮ ਹੋਵੇ ਜਾਈਏ ਅਸ਼ਰ ਮੈਦਾਨ ਵਿੱਚ ਝੂੰਮਦੇ ਹੋਏ ਬਗਲ ਬੋਤਲ ਆ ਗਿਆ ਨਾਮ ਹੋਵੇ ਬਟੇਰੇ ਤੇ ਜੋਕਰ ਮਾਸ਼ਾਅੱਲਾ ਜੀ ਰੈਡ ਸ਼ੇਡ ਮਾਰਦੇ ਨੇ ਮਾਸ਼ਾਅੱਲਾ ਬਹੁਤ ਵਧੀਆ ਜੀ ਬਟੇਰਿਆਂ ਦਾ ਕਲਾਸ ਹੈ ਅੱਜ ਵੀ ਰਾਤ ਰਹਿ ਗਈ ਇਸ ਮਹੀਨੇ 'ਚ ਚਾਰ
ਇਸ ਮਹੀਨੇ ਚ ਸਨੈਣ ਹੋਈ ਹੈ, ਮੇਰੇ ਖਿਆਲ ਤਿੰਨ ਚਾਰ ਵਜੇ ਰਾਤ ਰਹਿ ਗਈ ਔਰ ਅੱਗੋਂ ਗਰਮੀ ਜੀ ਛਾਲਾ ਮੀਂਹ ਤੇ ਗਏ ਮੌਸਮ ਕਾਲਾ ਪਰ ਵੀ ਆਇਆ ਜੀ ਸਿਆਲਕੋਟ ਹਿਮਾਚਲ ਜੀ ਬਹੁਤ ਵਧੀਆ ਅੱਜ ਵੀ ਰਾਤ ਰਹਿ ਕੇ ਆਈ ਸੱਤ ਤੋਂ ਉੱਤਰ ਰਾਤ ਰਹਿ ਗਏ ਸਨ ਅੱਠ ਅਤੇ ਮਾਸ਼ਾਅੱਲਾ ਸੱਤ ਆ ਗਈ ਇਹਦਾ ਨਾਂ ਕਿਸ ਆ ਜੀ? ਤਿੰਨ ਸੌ ਚੌਥੀ ਹੈ। 334 ਜੀ। ਹਾਂ ਤੁਸੀਂ 334 ਕਹਿੰਦੇ ਹੋ। ਭੈਣ ਭਰਾ ਅਕਸਰ ਮਾਸ਼ਾਅੱਲਾ ਜਿਹੜੇ ਨੇ ਉਹ ਪਰਿਵਾਰ ਬੜੀ ਹੁੰਦੀ ਹੈ ਅਤੇ ਪੂਰਾ ਇੰਨੀ ਕੇ ਜ਼ੋਰ ਲਾ ਕੇ ਜਾਂਦੇ
ਬਿਜਲੀ ਰਹਿ ਗਈ ਸ਼ੇਅਰ ਮੈਂ ਕਰਨ ਲੱਗਾ ਜੀ ਅਲੀ ਬਾਈ ਨੂੰ ਡੈਡੀ ਕਰ ਬਾਰ ਬਾਰ ਕਹਿੰਦੇ ਆ ਕਰੋ ਯਾਰ ਮੂੰਹ ਡੈਡੀ ਕਰਦਾ ਕਿ ਲੱਖ ਵਾਰੀ ਸਮਝ ਆਇਆ ਨਹੀਂ ਬਾਜ਼ ਆਇਆ ਲੱਖ ਵਾਰੀ ਸਮਝ ਆਇਆ ਨਹੀਂ ਬਾਜ਼ ਆਇਆ ਗੱਲਾਂ ਕਰੀ ਜਾਂਦਾ ਵੇ ਬਾਰ ਬਾਰ ਅੜੀਆਂ ਮੈਂ ਕੁਝ ਹੋਰ ਕਹਿੰਦਾ ਇਹ ਕੁਝ ਹੋਰ ਕਰਦਾ ਦਿਲ ਨਦਾਨਿਆਂ ਵਿੱਚ ਛੱਡੀਆਂ ਬੇਕਾਰ ਅੜੀਆਂ ਕਰਾਂ ਕੀ ਮੈਂ ਕਰ ਆ ਮਜਬੂਰ ਦਿੰਦਾ ਇਹਦੀਆਂ ਮੰਨੀਆਂ ਮੈਂ ਲੱਖ ਹੋਇਆ ਲਾਰ ਅੜੀਆਂ ਅੱਖ ਦਿਲ ਲੱਭ ਰੁਖਸਾਰ ਕਾਸਮ ਪੱਕੀਆਂ ਇਸ ਮਜ਼ੋਰ ਦੀਆਂ ਚਾਰ ਅੜੀਆਂ ਮੋਤੀਆਂ ਨਾਲ ਤੇ ਜੋਕਰ ਕਰਾਸ ਸੈਣਾ ਚ ਮਾਸ਼ਾ ਅੱਲਾਹ ਰਾਤੀ ਪਹਿਲੇ ਦਿਨ ਹੀ ਬੈਠੀ ਹੈ ਕਿਉਂ ਪਹਿਲੇ ਦੀਆਂ ਚਾਰ ਪੰਜ ਉਡਾਰਾਂ ਜਿਹੜੀਆਂ ਰਾਤ ਬਾਹਰ ਨੇ ਰਾਤੀ ਕਿੰਨੇ ਵਜੇ ਬੈਠੀ ਸੀ ਜੀ ਰਾਤੀ ਇਹ ਬਹਿ ਗਈ ਸੀ ਸੱਤ ਵਜੇ 10 ਮਿੰਟ ਗੱਲ ਬਾਤ ਹਾਂ ਸਵਾ ਸੱਤ ਦੇ ਰਾਉਂਡ ਪਰ ਬੈਠੀ ਕੁੰਦੇ ਦਾ ਵੀ ਸ਼ੌਕ ਕਰਾਇਆ ਜਰਾ ਜ਼ਬਰਦਸਤ ਸਾਜ ਸਾਰਿਆਂ ਵੀਰਾਂ ਦਾ ਬਹੁਤ ਸ਼ੁਕਰੀਆ ਕਮੈਂਟ ਦਾ ਜਵਾਬ ਨਹੀਂ ਦੇ ਸਕਦੇ ਜਿਹੜਾ ਮਸਰੂਫ ਹਾਂ ਅਤੇ ਬਾਕੀ ਤਮਾਮ ਦੋਸਤਾਂ ਬਾਪ ਦਾ ਸ਼ੁਕਰੀਆ ਜਿਹੜੇ ਕਮੈਂਟ ਕਰ ਰਹੇ ਨੇ ਪਿਆਰ ਮੁਹੱਬਤ ਦਾ ਸ਼ੁਕਰੀਆ ਜੀ
ਪੂਰੀ ਭਗਤ ਲਾ ਲਓ ਅੱਗੇ ਆਖੇ ਨਹੀਂ ਕੀਤੀ ਕੀਤਾ ਗੱਲ ਪੂਰਾ ਕੱਲਾ ਲਾ ਕੀਤਾ ਇਹਨਾਂ ਨੇ ਵੀ ਕੋਈ ਨਿਲਾਮੀ ਆਈ ਸੋਹਣਿਆਂ ਬੰਦਿਆਂ ਦੀ ਅਸੀਂ ਢੋਲ ਖਰੀਦਣ ਬਹਿ ਗਏ ਉਹਦੇ ਕਾਲੇ ਵਾਲ ਪਸੰਦ ਆ ਗਏ ਉਹਦੀ ਚੀਰਵੀਂ ਅੱਖ 'ਤੇ ਬਹਿ ਗਏ ਅਸਾਂ ਸੇਜ ਉਹਨਾਂ ਦੀ ਸਜਾ ਕੇ ਅਤੇ ਉੱਤੇ ਪਰਫਿਊਮ ਲੈਂਦੇ ਰਹਿ ਗਏ ਸਾਨੂੰ ਨੋਟ ਗਿਣੇ ਨੇ ਆ ਢਿੱਲ ਲੱਗ ਗਏ ਉਹਨੂੰ ਹੋਰ ਵਪਾਰੀ ਲੈ ਗਏ ਜੀ ਸਰ ਮਾਰਨਾ ਫਿਰ ਨਹੀਂ ਆ ਜਾ ਫਿਰ ਮੈਂ ਤੈਨੂੰ ਠਹਿਰ ਕੇ ਫੋਨ ਕਰਨਾ ਠੀਕ ਹੈ
ਦੋ ਰਹਿ ਗਈ ਮਰਜ਼ੀ ਇਕਦਾਮ ਜੀ ਦੀ ਕੱਪੜੇ ਕੀ ਆਸ਼ਕ ਗੁਜ਼ਾਰ ਪੁੱਛਿਆ ਕਿਹੜੀ ਖੂਬੀ ਵਿੱਚ ਬਦਲ ਚ ਆਉਣਾ ਇਸ ਤੋਂ ਜਿੱਤ ਗੁਜ਼ਰ ਨਹੀਂ ਆਸ਼ਕ ਤਮਾਮ ਸਕਦੇ ਉਸ ਜਗ੍ਹਾ 'ਤੇ ਡੇਰਾ ਤੇਰਾ ਪੀਰ ਜਾਂ ਮੁਰਸ਼ਦ ਹੈ ਕੋਈ ਕਾਮਲ ਜਾਂ ਫਿਰ ਜਾਦੂ ਦੇ ਮੰਤਰ ਚਲਾਉਣਾ ਇਸ ਤੋਂ ਕਿਧਰੇ ਬੰਦ ਕੁਰਤਾ ਲਟਕੇ ਗਲੇ ਅੰਦਰ ਕਿਧਰੇ ਤੈਗ ਬੰਸੈਨ ਲੈਣਾ ਇਸ ਤੋਂ ਤੇਰਾ ਹਰ ਇੱਕ ਦਿਨ ਵਾਂਗ ਈਦ ਗੁਜ਼ਰੇ ਜਲਵੇ ਖੂਬ ਕਿ ਖੂਬ ਸਰਪਾਉਣਾ ਇਸ ਤੋਂ ਤੇਰੀ ਹਰ ਇੱਕ ਰਾਤ ਛਪੇ ਰਾਤ ਹੁੰਦੀ ਜਾਂ ਮਸਲ ਦੇ ਘਰ ਪਰ ਬਣਾਉਣਾ ਤੇਰੀ ਕਿਸਮਤ ਹੈ ਆਤਿਸ਼ ਕਮਾਲ ਕੱਪੜੇ ਸੀਨਾ ਯਾਰ ਦੇ ਸੀਨਾ ਲਗਾਉਣਾ ਇਸ ਸਪੀਡ ਨਾ ਆਖਣਾ ਆ ਜੀ ਸਾਰੇ ਪਹਿਲਾਂ ਬਣਾ ਲਓ ਚਲੋ ਛੱਡੋ ਨਹੀਂ ਚਲੋ ਚਲ ਠੀਕ ਹੈ ਐਸੇ ਤਲਾ ਵੀ ਦੋ ਗੱਟਾ ਹੈ ਜੀ ਬਸ ਜੀ ਉਹ ਗੱਲ ਕਰੇ ਸ਼ਾਬਾਸ਼ ਸਮਝ ਆ ਗਏ ਠੀਕ ਹੋ ਗਿਆ ਜੀ ਵੀ ਰੱਖੀ
ਮਦਾ ਸ਼ੱਕ ਹੀ ਮੈਨੂੰ ਡਰ ਜੇ ਸਾਡੀ ਪਟਵਾਰੀ ਵੀ ਬਾਂਧਦਾ ਕਿ ਬੰਦਾ ਚਲਾ ਗਿਆ ਕਿਸੇ ਦੇ ਘਰ ਅਤੇ ਉਹਨੇ ਸ਼ੇਰ ਵਿੱਚ ਲਿਖਿਆ ਕਿ ਗਰ ਮਹਿਬੂਬ ਦਾ ਭੁੱਲ ਕੇ ਅਤੇ ਮੈਂ ਬੂਹਾ ਗਹਿਰਾਂ ਦਾ ਖਟਖਟਾ ਸੁੱਟਿਆ ਹਊ ਹਊ ਦੇ ਅੱਗੂ ਰਾਗ ਛਿੜੇ ਕੁੱਤਿਆਂ ਸਾਰਾ ਪਿੰਡ ਜਗਾ ਸੁੱਟਿਆ ਅਤੇ ਚੌਂ ਪਾਸੂ ਚੋਰ ਚੋਰ ਦੀ ਆਈ ਸਦਾ ਮੈਂ ਸੋਚਾਂ ਮੈਨੂੰ ਇਸ਼ਕੇ ਕਿੱਥੇ ਫਸਾ ਸੁੱਟਿਆ ਅਤੇ ਅਸਨੈਨ ਬੰਦਿਆਂ ਦੇ ਪਹੁੰਚਣ ਤੋਂ ਪਹਿਲੇ ਪਹਿਲੇ ਕੁੱਤਿਆਂ ਮੇਰੀ ਤੰਬੀ ਦਾ ਕਾਛਾ ਬਣਾ ਸੁੱਟਿਆ
ਬਦਨਾਮ ਕਰਦੇ ਨਾ ਹੀ ਚੋਰ ਤੇ ਨਾ ਹੀ ਲਫਾਂਗਾ ਮੈਂ ਨਾ ਕਿਸੇ ਸੰਗ ਜੋਰੋ ਜਫਾ ਮੇਰੀ ਨਾ ਹੀ ਕਿਸੇ ਦੇ ਜ਼ੁਲਮ ਤੋਂ ਤੰਗਾ ਮੈਂ ਨਾ ਆਸ਼ਕ ਮੈਂ ਨਾ ਮਸ਼ੂਕ ਮੇਰਾ ਨਾ ਹੀ ਸ਼ਮਾ ਤੇ ਨਾ ਹੀ ਪਤੰਗਾ ਮੈਂ ਨਾ ਹੀ ਹੁਸਨ ਪਰਸਤੀ ਮਜ਼ਹਬ ਮੇਰਾ ਜਿਸ ਰੰਗ ਤੱਕ ਸੇ ਉਸੇ ਰੰਗ ਆ ਮੈਂ ਮੁੱਖਿਆ ਸਪੀਡ ਹੋ ਗਈ
ਢੇਲੀਆਂ ਗੁਲੀਆਂ ਗੁੜੀਆਂ ਹੋਣੀਆਂ ਤਰਤੀਬ ਨਾਲ ਲੈ ਜਾਣਾ ਜਿਵੇਂ ਜਿਵੇਂ ਟੁਰ ਜਾਣ ਦੇ ਦੋਨੋਂ ਜਾਮਨ ਹੋਊਗੇ ਦੋਨੋਂ ਜਾਮਨ 36 ਨੰਬਰ ਛੱਡਣਾ ਅਤੇ ਹੁਣ 36 ਕਿੱਥੇ ਗਿਆ 36 ਲਾਲ ਜਾਮਨ 36 ਲਾਲ